दर्दनाक हादसा हुआ है जिथे एक परिवार व्याह तो वापस आ रहा सी ता इसे दौरान रोंग साइड तो आ रही गड्डी नू बचाउंदे समय एक गड्डी खंभे च जा बजदी है ता इस दे विच एक कारोबारी दी मौत हो जाती है। ता तुहानू दस दईए कि मामला लुधियाणा तो सामने आया जिथे एक दुध का कारोबारी अपने नाल दो महिलावां अते एक बच्चे दे नाल सवार होके किसी व्याह ते गया सी ता वापस मुड़दे समय इस दी गड्डी दे सामने रोंग साइड तो एक सेंट्रो गड्डी आ रही हुंदी है ता इस नू बचाउण दे चक्कर दे विच एक गड्डी सीधा खंभे दे विच जा वजदी है ता इह टक्कर इन्नी भयानक सी कि इस दे विच इस गड्डी दी छत वी उड़ जांदी है ता मौके दीआं तस्वीरां वेख सकदे हो कि बिल्कुल इह गड्डी चकना चूर हो गई है जिस दे विच इस चालक दी मौके ते ही मौत हो जांदी है जदकि बाकी गंभीर रूप दे नाल जख्मी हो जांदे ने जिन्हां नू आम लोकां दे वल्लों मिल के बाहर कढ़िया जांदा है ते फिर हस्पताल दे विच भर्ती करवाया जांदा है। ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਸ ਟੱਕਰ ਤੋਂ ਬਾਅਦ ਸੈਂਟਰੋ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਇਹਨਾਂ ਤਸਵੀਰਾਂ ਨੂੰ ਦੇਖੋ ਮੌਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਵੱਡਾ ਹਾਦਸਾ ਹੋਇਆ ਹੈ। ਇਸ ਕ੍ਰੇਟਾ ਕਾਰ ਦਾ ਵੇਖੋ ਕੀ ਹਾਲ ਹੋਇਆ ਹੈ। ਇਸ ਦੀ ਛੱਤ ਬਿਲਕੁਲ ਫਟ ਗਈ ਹੈ ਤਾਂ ਉੱਪਰ ਤੋਂ ਇਹ ਬਿਲਕੁਲ ਖਤਮ ਹੋ ਗਈ ਹੈ ਤਾਂ ਇਸ ਦੇ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਤਾਂ ਤੁਹਾਨੂੰ ਦੱਸ ਦਈਏ ਕਿ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਜਦਕਿ ਇੱਕ ਕਾਰੋਬਾਰੀ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ। ਮੇਰਾ ਨਾਮ ਗੌਰਵ ਕੁਮਾਰ ਹੈ। ਸਰ ਇਹ ਗੱਡੀ ਕ੍ਰੇਟਾ ਦਾ ਐਕਸੀਡੈਂਟ ਹੋਇਆ ਹੈ, ਕਿਹਨਾਂ ਦੀ ਗੱਡੀ ਹੈ, ਕੌਣ ਨੇ? ਇਹ ਸ਼੍ਰੀ ਸਤਪਾਲ ਜੀ ਛਾਬੜਾ ਜੀ ਡੇਅਰੀ ਦਾ ਕੰਮ ਕਰਦੇ। ਕਿਹੜੀ ਜਗ੍ਹਾ ਤੇ? ਆ ਜੀ ਨਿਊ ਮਾਡਲ 27 ਨੰਬਰ ਕੋਠੀ ਇਹਨਾਂ ਦੀ। ਤੇ ਜੀ ਕਿੱਥੇ ਜਾ ਰਹੇ ਸੀਗੇ? ਮੈਨੂੰ ਇਹ ਨਹੀਂ ਪਤਾ ਜੀ ਕਿੱਥੇ ਗਏ, ਮੈਂ ਵੀ ਹੁਣੇ ਪਤਾ ਲੱਗਿਆ ਮੈਂ ਆਇਆ ਹੀ ਹਾਂ ਜੀ। ਇਹ ਇਕੱਲੇ ਸੀ ਗੱਡੀ 'ਚ ਕਿ ਫੈਮਿਲੀ ਸੀਗੀ ਨਾਲ? ਫੈਮਿਲੀ ਸੀ ਜੀ ਨਾਲ। ਹਾਂਜੀ ਇਹ ਕਿੱਦਾਂ ਹੋਇਆ ਜੀ? ਨਹੀਂ ਮੈਨੂੰ ਭਾਜੀ ਕੁਛ ਨਹੀਂ ਪਤਾ, ਮੈਂ ਵੀ ਹੁਣੇ ਆਇਆ ਹੀ ਹਾਂ ਭਾਜੀ। ਅੱਛਾ ਜੀ। ਕਿਵੇਂ ਨੇ? ਇਹਨਾਂ ਦੀ ਡੈਥ ਹੋ ਗਈ ਹੈ ਜੀ। ਅੱਛਾ ਜੀ। ਬਾਕੀ ਬੱਚੇ ਫੈਮਲੀਆਂ ਥੋੜੇ ਬਹੁਤੇ ਸੱਟਾ ਸੁੱਟਾ ਲੱਗੀਆਂ। ਇਹਨਾਂ ਦੀ ਕਿੰਨੀ ਉਮਰ ਹੈ ਜੀ? ਉਮਰ ਹੋ ਗਈ ਇਹਨਾਂ ਦੀ 50-52 ਸਾਲ ਜੀ, 55 ਲਾ ਲਓ ਜੀ। ਹੁਣ ਕਿਹਦੇ ਹਸਪੀਟਲ ਲੈ ਕੇ ਗਏ ਸੀ? DMC ਹੋਇਆ ਜਿਹੜੀ ਕਾਰ ਦੇ ਨਾਲ ਉਹਦੇ ਵੀ ਬੰਦੇ ਦੇ ਕੁਛ ਲੱਗੀਆਂ ਨੇ? ਨਹੀਂ ਉਹ ਭੱਜ ਗਿਆ। ਚੋ ਬੰਦਾ ਗੱਡੀ ਛੱਡ ਕੇ ਭੱਜ ਗਿਆ। ਹਾਂਜੀ ਉਹਨੂੰ ਕੁਛ ਨਹੀਂ ਹੋਇਆ? ਭੱਜ ਗਿਆ ਉਹਨੂੰ ਕੁਛ ਨਹੀਂ ਹੋਇਆ? ਇਹਨਾਂ ਦਾ ਡੈਰੀ ਦਾ ਕੰਮ ਹੈ? ਹਾਂਜੀ ਉਹ ਤਾਂ ਕੋਈ ਗੱਲ ਨਹੀਂ। ਤੁਹਾਡਾ? ਮੇਰਾ ਨਾਮ ਬਿਮਲਾ ਜੀ। ਬਿਮਲਾ ਜੀ ਉਰੇ ਦੇਖਿਆ ਹੁਣ ਕੀ ਹੋਇਆ ਸੀਗਾ? ਮੈਂ ਜਦੋਂ ਆਈ ਹਾਂ ਨਾ, 100 ਬੰਦਾ ਉੱਪਰ ਚੜ੍ਹਿਆ, ਉਹਨੂੰ ਮਸਾਂ ਕੱਢਿਆ ਜੇ। ਮੈਂ ਜਦੋਂ ਉਹਨਾਂ ਦੀ ਸ਼ਕਲ ਦੇਖੀ, ਮੈਂ ਉਹਨਾਂ ਦੇ ਘਰ ਚਲੇ ਗਈ ਹਾਂ ਦੱਸਣ। ਠੀਕ ਹੈ। ਉਹਨਾਂ ਦੇ ਰਿਸ਼ਤੇਦਾਰ ਪਹਿਚਾਣ ਗਏ ਹੋਣੇ? ਹਾਂਜੀ, ਸਾਡੇ ਦੁੱਧ ਪਾਉਂਦਾ ਸੀ। ਠੀਕ ਹੈ। ਇਹ ਆਪ? ਠੀਕ ਹੈ। ਅਤੇ ਉਹ ਫਿਰ ਆ ਗਏ ਪਰਿਵਾਰ ਸਾਰੇ ਹੀ, ਉਹਨਾਂ ਦੀਆਂ ਨੂੰਹਾਂ ਆ ਗਈਆਂ, ਫਿਰ ਉਹ ਸਾਡਾ ਮੁੰਡਾ ਛੱਡ ਕੇ ਆਇਆ ਘਰੇ, ਬੋਟੀਆਂ ਨੂੰ ਵੀ ਤੇ ਉਹ ਵੀ। ਉਹਨਾਂ ਦੇ ਬੱਚਿਆਂ ਦੇ ਵੀ ਸੱਟ ਲੱਗੀ? ਹਾਂਜੀ, ਝਰੀਟਾਂ ਵੱਜੀਆਂ ਨੇ। ਛੋਟੇ ਬੱਚੇ ਸੀਗੇ? ਹਾਂਜੀ ਹਾਂਜੀ। ਜਿਹੜੇ ਆਪ ਸੀ ਸਤਪਾਲ ਜੀ, ਉਹਨਾਂ ਦੀ ਜ਼ਿਆਦਾ ਲੱਗੀ? ਹਾਂਜੀ। ਉਹ ਅੰਦਰੀ ਡੈਥ ਹੋਈ? ਨਹੀਂ, ਬੋਲਦਾ ਹੀ ਕਹਿੰਦਾ ਸੀ ਮੈਨੂੰ ਛੱਡ ਦਿਓ ਛੱਡ ਦਿਓ, ਬਸ ਉਹ ਖੜਿਆ ਮੇਰੇ ਖਿਆਲ ਚ ਹੀ। ਐਕਸੀਡੈਂਟ ਹੋਇਆ ਵਾ ਕ੍ਰੇਟਾ ਗੱਡੀ ਦਾ, ਕੀ ਮਾਮਲਾ? ਸਾਨੂੰ ਇਨਫੋਰਮੇਸ਼ਨ ਆਈ ਹੈ ਕਿ 2 ਗੱਡੀਆਂ 'ਚ ਜਾਣੀ ਕਿ ਆਪਸੀ ਵੱਜੀਆਂ ਅਤੇ ਉਹਨਾਂ ਦਾ ਇੱਕ ਪਲਟ ਗਈ ਸੀ ਅਤੇ ਉਹਦਾ ਐਕਸੀਡੈਂਟ ਹੋਇਆ ਅਤੇ ਅਸੀਂ ਮੌਕੇ 'ਤੇ ਪੁੱਜੇ ਹਾਂ। ਫਿਲਹਾਲ ਹਜੇ ਜਿਹੜੇ ਜ਼ਖਮੀ ਉਹਨਾਂ ਨੂੰ ਹੋਸਪਿਟਲ ਲੈ ਕੇ ਗਈ ਹੈ ਪਬਲਿਕ, ਬਾਕੀ ਕਲੀਅਰ ਕਰ ਰਹੇ ਕਿ ਕਿਹਦੇ ਕਿਹਦੇ ਕਿੰਨੇ। ਡੈਥ ਦਾ ਵੀ ਸਮਾਚਾਰ ਹੈਗਾ? ਦੇਖੋ ਅਜੇ ਤੱਕ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਆਇਆ, ਫਿਲਹਾਲ ਅਸੀਂ ਪਤਾ ਕਰ ਰਹੇ ਕਿ ਜਿਹਨਾਂ ਦੇ ਸਰਟੀਫਿਕੇਟ ਲੱਗੀ ਉਹਨਾਂ ਨੂੰ ਕਿੱਥੇ ਲੈ ਕੇ ਗਏ ਆ। ਸਵੇਰੇ ਹੁਣ ਸ਼ਾਪ ਬੰਦ ਆ, ਜਿਹੜੇ ਕੈਮਰੇ ਲੱਗੇ ਉਹਨਾਂ 'ਚ ਕੈਮਰੇ ਚੈੱਕ ਕਰਕੇ ਹੀ ਪਤਾ ਲੱਗੂਗਾ ਕਿ ਕਿਵੇਂ ਐਕਸੀਡੈਂਟ ਹੋਇਆ। ਇਹ ਕੋਚਰ ਮਾਰਕੀਟ ਮਿੱਡਾ ਚੌਂਕ ਦੇ ਕੋਲ।